ਜਿਸ ਦਿਨ ਇੱਥੇ 2000 ਏਕੜ ਫਾਜ਼ਿਲਕਾ ਬੋਰ ਮਲੋਟ 'ਚ ਡਰੈਗਨ ਲੱਗ ਗਿਆ, ਤੁਸੀਂ ਸਮਝ ਲਓ 50 ਰੁਪਇਆ ਕਿਲੋ ਤੁਹਾਨੂੰ ਹੋਰ ਜ਼ਿਆਦਾ ਆਮਦਨ ਵੱਧ ਜਾਏਗੀ, ਕਿਉਂਕਿ 5 ਕੰਟਰੀਆਂ 'ਚ ਹੋ ਰਿਹਾ, 125 ਕੰਟਰੀਆਂ ਨੂੰ ਮੰਗ ਰਹੇ ਨੇ। ਸਭ ਤੋਂ ਜ਼ਿਆਦਾ ਡਿਮਾਂਡ ਡਰੈਗਨ ਦੀ ਹੈ ਪੂਰੇ ਵਰਲਡ ਦੇ ਵਿੱਚ। ਜੇ ਇੰਨੀ ਡਿਮਾਂਡ ਹੈਗੀ ਤਾਂ ਪੈਸਾ ਮਿਲੇਗਾ ਹੀ ਮਿਲੇਗਾ ਹਾਲੀ, ਕਿਉਂਕਿ ਜੇ ਆਪਾਂ 5-10-20 ਏਕੜ ਵਾਲੇ ਆਉਂਦੇ ਹਾਂ ਤਾਂ ਐਕਸਪੋਰਟ ਨਹੀਂ ਕਰ ਸਕਦੇ, ਉਹਦੇ ਵਾਸਤੇ ਘੱਟੋ ਘੱਟ 2000 ਏਕੜ ਤਾਂ ਚਾਹੀਦਾ ਸਾਨੂੰ ਜਿਹੜਾ ਐਕਸਪੋਰਟ ਹੋਵੇ। ਉਹ ਜਿਸ ਲਈ ਇੱਕ ਅਗਲੇ ਸਾਲ ਮੇਰੀ ਆਮਦਨ ਵੇਖਣਗੇ ਇਹ ਲੋਕ ਕਿਨੋਂ ਪੱਟ ਕੇ ਵੀ ਇਹਨੂੰ ਲਾਉਣਗੇ। दोस्तों, पंजाब में ड्रैगन की खेती की शुरुआत हो चुकी है। फाजिलका के किसान रवि ढींगड़ा और बरनाला के किसान सतनाम सिंह ओलख ने इसकी पहल की है। धीरे धीरे अन्य किसान भी इसका अनुसरण कर रहे हैं। आपको बता दें कि वियतनाम का फल ड्रैगन 15 से 30 लाख रुपए प्रति एकड़ एक साल में कमाई देने की क्षमता रखता है। ड्रैगन फ्रूट 3.5 किले मैं लाया, इसलिए पंजाब 2 कनाल सतनाम सिंह का है, 2 कनाल तो थोड़ा घट ही हो गया बरनाले च। मैनू परसों चौथे फोन आया सी, एक एकड़ कोई हुन उत्थे ला रहा अपने मोगे दे नाल, 2 कनाला लगे जलंधर दे कोल, ओह भी पुलिस तो रिटायर हो रहे ने, पुलिस दे आदमी ने। ਤੇ ਬਾਕੀ ਜਿਹੜਾ ਮੇਰੇ ਕੋਲ ਇਸ ਵੇਲੇ 3500 ਹੈਗਾ, ਉਹ 2.5 ਏਕੜ ਕਿਧਰੇ ਉਹ ਵੀ ਜਾ ਕੇ ਲੱਗੀ ਦੇ ਹੈ। ਰਵੀ ਢਿੰਗੜਾ ਬਤਾਤੇ ਹੈ ਕਿ ਡਰੈਗਨ ਫਲ ਕੀ ਪੈਦਾਵਾਰ ਅਭੀ ਸਿਰਫ 5 ਦੇਸ਼ੋਂ ਮੇਂ ਹੋ ਰਹੀ ਹੈ, 100 ਸੇ ਜ਼ਿਆਦਾ ਦੇਸ਼ ਡਰੈਗਨ ਫਲ ਕੇ ਖਰੀਦਦਾਰ ਹੈ। ਡਰੈਗਨ ਕੇ ਐਂਟੀ ਏਜਿੰਗ ਔਰ ਐਂਟੀ ਆਕਸੀਡੈਂਟ ਗੁਣੋਂ ਕੇ ਕਾਰਨ ਯਹ ਕਾਫੀ ਲੋਕਪ੍ਰਿਯ ਹੈ। ਰਵੀ ਢਿੰਗੜਾ ਕਾ ਦਾਅਵਾ ਹੈ ਕਿ ਬਾਗਵਾਨ ਕਿੰਨੂ ਕੇ ਬਾਗ ਹਟਾ ਕਰ ਵੀ ਡਰੈਗਨ ਕੀ ਖੇਤੀ ਕਰਨੇ ਕੋ ਮਜਬੂਰ ਹੋਣਗੇ, ਕਿਉਂਕਿ 5 ਕੰਟਰੀਆਂ 'ਚ ਹੋ ਰਿਹਾ, 125 ਕੰਟਰੀਆਂ ਨੂੰ ਮੰਗ ਰਹੇ ਨੇ। ਸਭ ਤੋਂ ਜ਼ਿਆਦਾ ਡਿਮਾਂਡ ਡਰੈਗਨ ਦੀ ਹੈ ਪੂਰੇ ਵਰਲਡ ਦੇ ਵਿੱਚ। ਜੇ ਇੰਨੀ ਡਿਮਾਂਡ ਹੈਗੀ ਤਾਂ ਪੈਸਾ ਮਿਲੇਗਾ ਹੀ ਮਿਲੇਗਾ ਹਾਲੀ, ਕਿਉਂਕਿ ਜੇ ਆਪਾਂ 5-10-20 ਏਕੜ ਵਾਲੇ ਆਉਂਦੇ ਹਾਂ ਤਾਂ ਐਕਸਪੋਰਟ ਨਹੀਂ ਕਰ ਸਕਦੇ, ਉਹਦੇ ਵਾਸਤੇ ਘੱਟੋ ਘੱਟ 2000 ਏਕੜ ਤਾਂ ਚਾਹੀਦਾ ਸਾਨੂੰ ਜਿਹੜਾ ਐਕਸਪੋਰਟ ਹੋਵੇ। ਉਹ ਜਿਸ ਲਈ ਇੱਕ ਅਗਲੇ ਸਾਲ ਮੇਰੀ ਆਮਦਨ ਵੇਖਣਗੇ ਇਹ ਲੋਕ ਕਿਨੋਂ ਪੱਟ ਕੇ ਵੀ ਇਹਨੂੰ ਲਾਉਣਗੇ। रवि ढींगड़ा के अनुसार गेहूं और धान जैसी परंपरागत फसलों का कोई भविष्य नहीं है, इन फसलों से 50 से 70 हज़ार रुपये प्रति एकड़ से ज़्यादा की कमाई नहीं हो सकती। इसके मुकाबले कोई भी फल 2 लाख रुपये प्रति एकड़ से कम की कमाई नहीं देता। ताई कनक आम जिमीदार 50 हज़ार एकड़ तो ज़्यादा नहीं कमाई देते। ਕੋਈ ਮਿਹਨਤੀ ਆਦਮੀ ਹੈਗੇ ਨੇ ਸਾਡੇ ਪਿੰਡ ਦੇ ਆ, ਸਾਡੇ ਆਲਮ ਸ਼ਾਹ ਦੇ ਚੌਧਰੀ ਖੜ੍ਹੇ ਤੇ, ਇਹ 70 ਹਜ਼ਾਰ ਕਮਾ ਲੈਣਗੇ। ਇਸ ਉੱਤਰ ਨਹੀਂ ਹੈਗੀ, 70 ਹਜ਼ਾਰ ਤਾਂ ਐਂਡ ਹੈਗਾ। ਜੇ ਫਰੂਟ ਤੁਸੀਂ ਕਿਸੇ ਵੀ ਫਰੂਟ ਈਵਨ ਲਸੂੜੇ ਤੱਕ ਵੀ ਵਿੱਚ ਆਉਂਦੇ ਹੋ ਤਾਂ ਵੀ 2 ਲੱਖ ਰੁਪਈਆ ਇੱਕੜ। ਰਵੀ ਢਿੰਗੜਾ ਕਾ ਮਾਨਨਾ ਹੈ ਕਿ ਸਰਕਾਰ ਵੀ ਕਿਸਾਨੋਂ ਕੋ ਬਾਗਵਾਨੀ ਕੀ ਤਰਫ ਆਨੇ ਕੇ ਲੀਏ ਪ੍ਰੇਰਿਤ ਕਰ ਰਹੀ ਹੈ, ਫੂਡ ਪ੍ਰੋਸੈਸਿੰਗ ਕੇ ਲੀਏ ਅਨੇਕ ਤਰ੍ਹਾਂ ਕੀ ਸੁਵਿਧਾਏ ਦੀ ਜਾ ਰਹੀ ਹੈ, ਫਲੋਂ ਕੇ ਐਕਸਪੋਰਟ ਕੋ ਵੀ ਬੜਾਵਾ ਦਿਆ ਜਾ ਰਿਹਾ ਹੈ। ਸਾਨੂੰ ਚਾਹੀਦਾ ਸਬਜ਼ੀਆਂ ਚੰਗੀਆਂ ਚਾਹੀਏ, ਹੁਣ ਤਾਂ ਸੈਂਟਰ ਗੌਰਮੈਂਟ ਇੰਨਾ ਪੈਸਾ ਦੇ ਰਹੀ ਹੈ, ਤੁਸੀਂ ਇਹਨੂੰ ਸਬਜ਼ੀਆਂ ਨੂੰ ਫੂਡ ਪ੍ਰੋਸੈਸਿੰਗ 'ਚ ਜਾਓ। ਫਰੂਟ ਸਾਡੇ 50 ਕਿਸਮ ਦਾ ਇੱਥੇ ਫਰੂਟ ਹੁੰਦਾ, ਅਸੀਂ ਜੇ ਫਰੂਟਾਂ 'ਚ ਹੀ ਆ ਜਾਵਾਂਗੇ, ਗੌਰਮੈਂਟ ਜਿਵੇਂ ਸਾਨੂੰ ਕੋਸ਼ਿਸ਼ ਕਰ ਰਹੀ ਹੈ ਵੀ ਸਾਡੇ ਕੋਲ ਮਾਲ ਖਰੀਦ ਕੇ ਇਹ ਐਕਸਪੋਰਟ ਕਰੇਗੀ ਅਤੇ ਇਹ ਸਾਰਾ ਮਾਲ ਜੇ ਐਕਸਪੋਰਟ ਹੋਣਾ। ਰਵੀ ਢਿੰਗੜਾ ਕੇ ਅਨੁਸਾਰ ਡਰੈਗਨ ਫਲ ਕੋ ਰਸਾਇਣਿਕ ਖਾਦ ਔਰ ਕੀਟਨਾਸ਼ਕ ਪਸੰਦ ਨਹੀਂ ਹੈ। ਕੈਕਟਸ ਜਾਤੀ ਸੇ ਸੰਬੰਧਿਤ ਹੋਣੇ ਕੇ ਕਾਰਨ ਡਰੈਗਨ ਕੋ ਬਿਮਾਰੀਆਂ ਕਮ ਲਗਤੀ ਹੈ। ਡਰੈਗਨ ਪਰ ਜੈਵਿਕ ਖਾਦੋਂ ਔਰ ਦਵਾਓਂ ਕਾ ਹੀ ਪ੍ਰਯੋਗ ਕੀਆ ਜਾਤਾ ਹੈ। ਇਹਨੂੰ ਕੈਮੀਕਲ ਵੈਸੀ ਪਸੰਦ ਨਹੀਂ, ਨਾ ਸਪਰੇ ਦੀ ਲੋੜ ਹੈਗੀ ਹੈ, ਨਾ ਇਹਨੂੰ ਯੂਰੀਆ DAP ਦੀ ਲੋੜ ਹੈ। ਤੁਸੀਂ ਇਹਨੂੰ ਸਾਲ 1 ਵਾਰੀ ਆਲੀ ਪਾਣੀ ਹੈ, ਆਲੀ ਕਹਿ ਲਓ, ਰੂੜੀ ਕਹਿ ਲਓ, ਜੋ ਵੀ ਤੁਸੀਂ ਗੋਬਰ ਦੀ ਖਾਦ ਕਹਿ ਲਓ, ਅਤੇ ਇਹਨੂੰ ਫੰਗਸ ਥੋੜ੍ਹੀ ਲੱਗਦੀ ਹੈ। ਜਿਹਨੂੰ ਫੰਗਸ ਤੋਂ ਬਚਾਉਣ ਵਾਸਤੇ ਸਾਨੂੰ ਲੱਸੀ ਅਤੇ ਪਾਕਿਸਤਾਨੀ ਨਮਕ ਦਾ ਸਪਰੇਅ ਕਰਾਂਗੇ, ਫੰਗਸ ਖਤਮ ਹੋ ਜਾਂਦੀ ਹੈ। ਉਹ 3 ਸਪਰੇਅ ਵੀ ਹੋ ਸਕਦੇ ਆ, 4 ਵੀ ਹੋ ਸਕਦੇ ਆ। ਜੇ ਤੁਸੀਂ ਵੇਸਟ ਡੀਕੰਪੋਜ਼ਰ ਪਾਓਗੇ ਤਾਂ ਇਹਦੀ ਸਪੀਡ ਹੋਰ ਡਬਲ ਹੋ ਜਾਏਗੀ। ਇਹਨੂੰ ਵੇਸਟ ਡੀਕੰਪੋਜ਼ ਸਪਰੇਅ ਕਰੋਗੇ ਤਾਂ ਕੋਈ ਸੁੰਡੀ ਕੋਈ ਚੀਜ਼। ਰਵੀ ਢਿੰਗੜਾ ਕਾ ਮਾਨਨਾ ਹੈ ਕਿ ਜੈਵਿਕ ਖਾਦੋਂ ਕੇ ਉਪਯੋਗ ਸੇ ਭੂਮੀ ਕੀ ਉਪਜਾਊ ਸ਼ਮਤਾ ਬੜਤੀ ਹੈ, ਕੇਚੂਏ ਔਰ ਦੂਸਰੇ ਮਿੱਤਰ ਕੀੜੇ ਬੜਤੇ ਹੈ, ਇਸੇ ਭੂਮੀ ਕੀ ਸੰਰਚਨਾ ਮੇਂ ਬਦਲਾਵ ਆਤਾ ਹੈ ਜੋ ਕਿਸਾਨ ਕੇ ਲੀਏ ਲਾਭਦਾਇਕ ਸਾਬਿਤ ਹੋਤਾ ਹੈ।
ਫਿਰ ਤੁਹਾਡੇ ਜ਼ਮੀਨ ਦੇ ਵਿੱਚ ਗਡੋਇਆ ਆ ਜਾਏਗਾ, ਜ਼ਮੀਨ ਦੇ ਵਿੱਚ ਜਰਖ ਰੇਜ ਪਹਿਲੇ ਦੁਬਾਰਾ ਤਰ੍ਹਾਂ ਹੋ ਜਾਏਗੀ, ਤੁਹਾਡੇ ਬੈਕਟੀਰੀਆ ਵਾਪਸ ਆਪਾਂ ਪਾ ਲਾਂਗੇ। ਇਸ ਵੇਲੇ ਸਾਡੇ 15 ਤੋਂ 17% ਬੈਕਟੀਰੀਆ ਰਹਿ ਗਏ ਨੇ, ਜਿਹੜੀ ਅਸੀਂ ਖਾਦ ਵੀ ਲਾਉਂਦੇ ਹਾਂ 1/3 ਸਾਡੀ ਯੂਜ਼ ਕਰ ਦਿੰਦੀ ਫਸਲ, 2/3 ਜਾਂ ਤਾਂ ਹਵਾ ਪਾਣੀ ਚਲੀ ਜਾਂਦੀ ਅਤੇ ਜਾਂ ਜ਼ਮੀਨ ਫਿਕਸ ਹੋ ਜਾਂਦੀ। ਜਿਹੜੀ ਫਿਕਸ ਹੋਈ ਕੋਈ ਪੌਦਾ ਲੈ ਹੀ ਨਹੀਂ ਸਕਦਾ।